ਯਾਤਰੀਆਂ ਨਾਲ ਭਰੀ ਇੱਕ ਬੱਸ ਡੂੰਗੀ ਖੱਡ ਵਿੱਚ ਜਾ ਡਿੱਗੀ ਹੈ। ਜੀ ਹਾਂ, ਮੌਨਸੂਨ ਦਾ ਸੀਜ਼ਨ ਜਾਰੀ ਹੈ, ਇਸ ਦੌਰਾਨ ਵੱਡੇ ਹਾਦਸੇ ਵਾਪਰ ਰਹੇ ਨੇ ਪਹਾੜਾਂ ਤੇ। ਲੋਕ ਅਕਸਰ ਘੁੰਮਣ ਜਾ ਰਹੇ ਨੇ, ਪਰ ਇਹੀ ਘੁੰਮਣ ਵਾਲੇ ਲੋਕ ਹੁਣ ਹਾਦਸਿਆਂ ਦਾ ਸ਼ਿਕਾਰ ਵੀ ਹੋ ਰਹੇ ਨੇ। ਤਾਜ਼ਾ ਤਸਵੀਰਾਂ ਮਨਾਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਯਾਤਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਜੋ ਕਿ ਮਨਾਲੀ ਤੋਂ ਪਠਾਨਕੋਟ ਜਾ ਰਹੀ ਸੀ, ਉਹ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਮਨਾਲੀ ਤੋਂ ਮਹਿਜ 4 ਕਿਲੋਮੀਟਰ ਦੂਰ ਹੀ ਇਹ ਬੱਸ ਖਾਈ ਵਿੱਚ ਜਾ ਡਿੱਗੀ। ਜੀ ਹਾਂ, ਬਿਆਸ ਨਦੀ 'ਚ ਇਹ ਬੱਸ ਡਿੱਗੀ ਹੈ। ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੱਸ ਨਦੀ ਵਿੱਚ ਜਾ ਡਿੱਗੀ, ਜਿਸ ਤੋਂ ਬਾਅਦ ਲੋਕਾਂ 'ਚ ਹਾਹਾਕਾਰ ਮੱਚ ਗਈ। ਉੱਧਰ ਇਸ ਹਾਦਸੇ ਦੌਰਾਨ ਕਰੀਬ 12 ਯਾਤਰੀ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਕਿ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਲੋਕਾਂ ਦੀ ਭੀੜ ਮੌਕੇ 'ਤੇ ਇਕੱਠੀ ਹੋ ਗਈ, ਉੱਥੇ ਹੀ ਕੁਝ ਸਥਾਨਕ ਭਾਜਪਾ ਆਗੂ ਵੀ ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ ਨੇ। अभी बस पलट गई है यहाँ पे, ये देखिए 8-10 लोग घायल हुए हैं जिनको हॉस्पिटल के लिए भेज दिया गया है। तदस्ती है कि ये बस मनाली तो ਪਠਾਨਕੋਟ ਲਈ ਨਿਕਲੀ ਸੀ, ਨਿੱਜੀ ਕੰਪਨੀ ਦੀ ਬੱਸ। ਜਦੋਂ ਮਨਾਲੀ ਤੋਂ ਕਰੀਬ 4 ਕਿਲੋਮੀਟਰ ਬਾਹਰ ਆਈ ਸੀ ਤਾਂ ਅਚਾਨਕ ਇਹ ਮਨਾਲੀ ਹਾਈਵੇ ਦੇ ਨਾਲ ਨਾਲ ਜਾਂਦੇ ਬਿਆਸ ਦਰਿਆ ਵਿੱਚ ਡਿੱਗ ਗਈ, ਜਿਸ ਕਾਰਨ ਬੱਸ ਪੂਰੀ ਤਰ੍ਹਾਂ ਚਕਨਾ ਚੂਰ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਇਸ ਖਾਈ ਵਿੱਚ ਉਤਰ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ 12 ਯਾਤਰੀ ਇਸ ਪੂਰੇ ਦੁਰਘਟਨਾ ਦੌਰਾਨ ਜ਼ਖਮੀ ਹੋ ਗਏ ਨੇ, ਜਿਨ੍ਹਾਂ ਵਿੱਚ ਇਸ ਬੱਸ ਦਾ ਡਰਾਈਵਰ ਵੀ ਸ਼ਾਮਿਲ ਹੈ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ। ਅਭੀ ਅਭੀ ਬੱਸ ਪਲਟ ਗਈ ਹੈ ਯਹਾਂ ਪੇ, ਇਹ ਦੇਖੀਏ 8-10 ਲੋਗ ਘਾਇਲ ਹੋਏ ਹੈ ਜਿਨਕੋ ਹਾਸਪਿਟਲ ਕੇ ਲਿਏ ਭੇਜ ਦਿਆ ਗਿਆ ਹੈ। ਤਾਂ ਦੱਸੀਏ ਕਿ ਮਨਾਲੀ 'ਚ ਬੀਤੇ 2 ਦਿਨਾਂ ਵਿੱਚ 2 ਵੱਡੇ ਹਾਦਸੇ ਵਾਪਰੇ ਨੇ। ਬੀਤੇ ਕੱਲ੍ਹ ਹੀ ਮਨਾਲੀ ਦੇ ਅਟਲ ਟਨਲ ਵੱਲ ਜਾਂਦੇ ਰਸਤੇ 'ਤੇ ਅਚਾਨਕ ਬੱਦਲ ਫਟ ਗਿਆ ਸੀ, ਜਿਸ ਕਾਰਨ ਪੂਰਾ ਰਸਤਾ ਨਦੀ ਵਿੱਚ ਵਹਿ ਗਿਆ ਸੀ ਅਤੇ ਲੇਹ ਮਨਾਲੀ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਹਾਲਾਂਕਿ ਉਸ ਰਸਤੇ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ, ਪਰ ਇਸੇ ਘਟਨਾ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਹ ਵੱਡਾ ਹਾਦਸਾ ਵਾਪਰਿਆ, ਜਿੱਥੇ ਯਾਤਰੀਆਂ ਨਾਲ ਭਰੀ ਇੱਕ ਬੱਸ ਜੋ ਕਿ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਹ ਬੱਸ ਬਿਆਸ ਦਰਿਆ 'ਚ ਡਿੱਗ ਗਈ। ਹਾਲਾਂਕਿ ਗਨੀਮਤ ਰਹੀ ਕਿ ਪਾਣੀ ਦਾ ਪੱਧਰ ਘੱਟ ਸੀ, ਜਿਸ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਯਾਤਰੀਆਂ ਨੂੰ ਹਲਕੀਆਂ ਫੁਲਕੀਆਂ ਸੱਟਾਂ ਲੱਗੀਆਂ ਨੇ, ਪਰ ਗਨੀਮਤ ਰਹੀ ਕਿ ਕਿਸੇ ਦੀ ਵੀ ਜਾਨ ਇਸ ਪੂਰੇ ਦੁਰਘਟਨਾ ਦੌਰਾਨ ਨਹੀਂ ਗਈ ਹੈ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।